इस प्रेस मिलनी दे विच बठिंडा पुलिस वल्लों जिहड़ियां कुछ अहम रिकवरीज कीतियां गईयां ते अहम केस ट्रेस कीते गए उहदे बारे जानकारी देण जा रहे हां। पिछे जे बठिंडा पुलिस दे बठिंडे शहर दे विच काफ़ी स्नैचिंग ते होर वारदातां जिहड़ियां सी लुट खोह दियां ਉਹ ਹੋ ਰਹੀਆਂ ਸੀਗੀਆਂ ਉਹਦੇ ਵਿੱਚ ਬਠਿੰਡਾ ਪੁਲਿਸ ਨੂੰ ਇੱਕ ਅਹਿਮ ਕਾਮਯਾਬੀ ਮਿਲੀ ਜਿਹੜਾ ਕਿ ਅੱਜ ਸਵੇਰ ਜਿਹੜਾ 400 ਏਕੜ ਇੱਥੇ ਬਾਹਰ ਜਿੱਥੇ ਇੰਡਸਟਰੀਅਲ ਗਰੋਥ ਸੈਂਟਰ ਆ ਉੱਥੇ ਇੱਕ ਅਕਿਊਜ਼ਡ ਜਿਹਨੂੰ ਕਿ 3 ਮੁਕੱਦਮਿਆਂ 'ਚ ਪਹਿਲਾਂ ਵਾਂਟਡ ਸੀਗਾ ਅਤੇ ਪਰਸੋਂ ਵੀ ਉਹਨੇ ਇੱਕ 25,000 ਦੀ ਖੋਹ ਕੀਤੀ ਸੀਗੀ ਔਰ ਉਹਦੇ ਵਿੱਚ ਵੀ ਇਹਦੇ ਪਿੱਛੇ ਅਸੀਂ ਕਾਫੀ ਜਿਹੜੀ ਸਾਡੀਆਂ ਪਾਰਟੀਆਂ ਸੀਗੀਆਂ ਉਹ ਜਦੋਜਹਿਦ ਦੇ ਨਾਲ ਲੱਗੀਆਂ ਹੋਈਆਂ ਸੀ ਵੀ ਇਹਨੂੰ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਸ਼ਹਿਰ ਦੇ ਵਿੱਚ ਵੀ ਸਹਿਮ ਦਾ ਮਾਹੌਲ ਪੈਦਾ ਹੁੰਦਾ ਜਿਹੜਾ ਕਿ ਦਿਨ ਦਿਹਾੜੇ ਕੋਈ ਮੋਬਾਈਲ ਖੋ ਲਿਆ ਜਾਂ ਪੈਸੇ ਖੋ ਲਏ ਸੋ ਇਹਦੇ 'ਚ SPD ਅਜੇ ਗਾਂਧੀ ਇਹਨਾਂ ਦੀ ਟੀਮ ਐਂਡ SP ਸਿਟੀ ਨਰਿੰਦਰ ਇਹਨਾਂ ਨੇ ਕਾਫੀ ਇਹਨਾਂ ਨੇ ਆਪਦੇ ਸੋਰਸਿਸ ਰਾਹੀਂ ਔਰ ਇਹਦੇ ਕਾਫੀ ਅਸੀਂ ਜਿਹੜੀ ਹੈ ਇੰਟੈਲੀਜੈਂਸ ਹਿਊਮਨ ਇੰਟ ਦੇ ਰਾਹੀਂ IT ਰਾਹੀਂ ਅਤੇ ਹੋਰ ਵੀ ਜਿੰਨੇ ਵੀ ਸਾਡੇ ਕੋਲ ਸੋਰਸਿਸ ਹੈਗੇ ਸੀ ਸੀਕ੍ਰੈਟਲੀ ਉਹਨਾਂ ਦੀ ਅਸੀਂ ਵਰਤੋਂ ਕਰਦੇ ਹੋਏ ਇਹਨੂੰ ਟਰੈਕ ਡਾਊਨ ਕੀਤਾ ਅਤੇ ਸਵੇਰ ਜਦੋਂ ਇਹ ਪਰਮਿੰਦਰ ਸਿੰਘ ਉਰਫ ਵਾਲੀਆ ਜਿਹੜਾ ਇਹ ਦੋਸ਼ੀ ਆ ਇਹ 400 ਏਕੜ ਉਸ ਤਰਫ ਹੀ ਇਹ ਜਾ ਰਿਹਾ ਸੀ ਤਾਂ ਇਹਨੂੰ ਸਾਡੀ ਪੁਲਿਸ ਪਾਰਟੀ ਨੇ ਚੇਜ਼ ਕੀਤਾ ਇਹਨੂੰ ਰੁਕਣ ਲਈ ਕਿਹਾ ਪਰ ਇਹ ਰੁਕਣ ਦੀ ਇਹਨੇ ਰੁਕਿਆ ਨਹੀਂ ਬਜਾਏ ਕਿ ਰੁਕਣ ਦੇ ਇਹਨੇ ਪੁਲਿਸ ਪਾਰਟੀ 'ਤੇ ਫਾਇਰ ਕੀਤੇ ਔਰ ਪੁਲਿਸ ਪਾਰਟੀ ਨੇ ਆਤਮ ਰਕਸ਼ਾ ਵਿੱਚ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ ਸਾਡੇ CIA ਦੀ ਟੀਮ ਨੇ ਤਾਂ ਇਹਦੇ ਲੱਤ 'ਚ ਇੱਕ ਫਾਇਰ ਲੱਗਾ ਅਤੇ ਜੋ ਇਹਨੂੰ ਅਸੀਂ ਕਾਬੂ ਕਰ ਲਿਆ ਇਹਦੇ ਕੋਲ ਇੱਕ ਚੋਰੀ ਦਾ ਮੋਟਰਸਾਈਕਲ ਇੱਕ ਕੰਟਰੀ ਮੇਡ ਪਿਸਟਲ ਅਤੇ ਜਿੰਦਾ ਰੌਂਦ ਬਰਾਮਦ ਹੋਏ ਆ ਇੱਕ ਇਹਦਾ ਜਿਹੜਾ ਨਾਲ ਦਾ ਕਿਉਂਕਿ ਸਵੇਰੇ ਸਵੇਰੇ ਧੁੰਦ ਅਤੇ ਥੋੜ੍ਹਾ ਹਨੇਰਾ ਵੀ ਸੀਗਾ ਇੱਕ ਇਹਦਾ ਜਿਹੜਾ ਨਾਲ ਦਾ ਇਹਦਾ ਸਾਥੀ ਸੀਗਾ ਉਹਦੀ ਆੜ 'ਚ ਭੱਜਣ 'ਚ ਕਾਮਯਾਬ ਹੋ ਗਿਆ ਉਹਦਾ ਨਾਂ ਹੋਲੀਆ ਸਾਨੂੰ ਸਾਰਾ ਪਤਾ ਉਹਦੇ ਲਈ ਸਾਡੀਆਂ ਟੀਮਸ ਡਿਸਪੈਚ ਨੇ ਔਰ ਬੜੀ ਜਲਦ ਉਹਨੂੰ ਅਸੀਂ ਕਾਬੂ ਕਰ ਲਾਂਗੇ ਔਰ ਉਸ ਬਾਰੇ ਤੁਹਾਨੂੰ ਵੱਖਰੀ ਜਾਣਕਾਰੀ ਦੇ ਦਿੱਤੀ ਜਾਊਗੀ। ਦੂਸਰਾ ਕੱਲ੍ਹ ਸਾਡੇ ਇੱਥੇ ਜਿਹੜੇ ਜਵੈਲਰਸ ਹੈਗੇ ਨੇ ਉਹਨਾਂ ਦਾ ਇੱਕ ਮਜੈਸਟਿਕ ਕੰਪਨੀ ਹੈ ਆ ਦਿੱਲੀ ਦੀ ਉੱਥੋਂ ਸਾਡੇ ਜਵੈਲਰਸ ਜਿਹੜੇ ਬਠਿੰਡੇ ਦੇ ਉਹ ਕਾਫੀ ਆਪਦਾ ਜਿਹੜਾ ਔਰਨਾਮੈਂਟਸ ਨੇ ਉਹ ਉਹਨਾਂ ਤੋਂ ਬਣਵਾਉਂਦੇ ਰਹਿੰਦੇ ਆ ਉਹਨਾਂ ਤੋਂ ਜਿਹੜਾ ਡਿਜ਼ਾਈਨਸ ਵਗੈਰਾ ਉਹ ਕਰਵਾਉਂਦੇ ਰਹਿੰਦੇ ਆ ਔਰ ਉਹ ਜਿੰਨੇ ਵੀ ਸਾਡੇ ਜਵੈਲਰਸ ਆ ਉਹਨਾਂ ਦਾ ਇੱਕ ਹੀ ਨੁਮਾਇੰਦਾ ਹੁੰਦਾ ਜਿਹੜਾ ਉਹ ਸਾਰਿਆਂ ਦਾ ਸੋਨਾ ਦਿੱਲੀ ਤੋਂ ਲੈ ਕੇ ਉੱਥੇ ਬਠਿੰਡੇ ਪਹੁੰਚਾਉਂਦਾ। ਕੱਲ੍ਹ ਮਤਲਬ ਜਿਹੜੀ ਬੀਤੀ ਰਾਤ ਦੀ ਅਰਲੀ ਮੋਰਨਿੰਗ ਸਵੇਰੇ ਕੋਈ 2 ਵਜੇ ਦਾ ਟਾਈਮ ਹੋਊਗਾ ਜਦੋਂ ਰੇਲਵੇ ਸਟੇਸ਼ਨ ਸੰਗਰੂਰ 'ਤੇ ਪਹੁੰਚਿਆ ਉਹ ਤਾਂ ਉਹਨੂੰ ਕੁਛ ਕਾਰ ਬੋਰਨ ਬੰਦੇ ਸੀਗੇ ਜਿਨ੍ਹਾਂ ਨੇ ਉਹਨੂੰ ਜਿਹੜਾ ਹੈ ਉਹਨੂੰ ਹੀ ਮਾਰਕਟਾਈ ਕਰਕੇ ਉਹਦੇ ਸੱਟ ਮਾਰ ਕੇ ਉਹਦੇ ਤੋਂ ਜਿਹੜਾ ਬੈਗ ਸੀਗਾ ਉਹ ਸੋਨੇ ਦਾ ਬੈਗ ਖੋ ਕੇ ਭੱਜ ਗਏ ਸੀ। ਜੇ ਸੰਬੰਧੀ RPF ਸੰਗਰੂਰ ਨੇ ਇੱਕ FIR ਰਜਿਸਟਰ ਕੀਤੀ ਸੀਗੀ ਔਰ ਜਦੋਂ ਇਸ ਚੀਜ਼ ਬਾਰੇ ਸਾਨੂੰ ਪਤਾ ਲੱਗਾ ਸਾਡੇ ਲੋਕਲ ਵੀ ਜਵੈਲਰਸ ਨੇ ਸਾਨੂੰ ਅਪਰੋਚ ਕੀਤਾ ਤਾਂ ਸਾਡੇ CIA 1 ਦੇ ਇੰਚਾਰਜ ਔਰ CIA 2 ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਅਤੇ ਇੰਸਪੈਕਟਰ ਕਰਨ ਇਹਨਾਂ ਨੇ SPD ਸਾਹਿਬ ਦੀ ਸੁਪਰਵਿਜ਼ਨ 'ਚ ਬਹੁਤ ਵਧੀਆ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਜਿਹੜਾ ਹੈਗਾ ਸੀਗਾ ਸਾਡਾ PCR ਵੀ ਅਲਰਟ ਹੋ ਗਿਆ ਨਾਕਾਬੰਦੀਆਂ ਵੀ ਅਲਰਟ ਹੋ ਗਈਆਂ ਅਤੇ ਅਸੀਂ ਇਹਨਾਂ ਨੂੰ ਚੇਜ਼ ਕਰਨਾ ਬਠਿੰਡਾ ਪੁਲਿਸ ਨੇ ਸ਼ੁਰੂ ਕਰਤਾ ਤਾਂ ਇਹ ਬੰਦੇ ਜਿਹੜੇ ਦੋਸ਼ੀ ਸੀਗੇ ਇਹ ਜਦੋਂ ਅਸੀਂ ਇਹਨਾਂ ਨੂੰ ਰਾਊਂਡ ਅਪ ਕਰ ਲਿਆ ਉਦੋਂ ਵੀ ਰਾਤ ਸੀਗੀ ਸਵੇਰ ਦਾ ਹੀ ਟਾਈਮ ਸੀਗਾ ਮਤਲਬ ਸਾਰੇ ਵਾਕਏ ਕੱਲ੍ਹ ਰਾਤ ਦੇ ਹੀ ਸੀਗਾ ਡੈਟ ਵਾਸ ਇੰਪੋਰਟੈਂਟ ਡੇ ਫੋਰ ਅਸ ਸੋ ਉਹਦੇ ਵਿੱਚ ਇਹ ਜਿਹੜਾ ਸੋਨਾ ਸੀਗਾ
ये 3 किलो 765 ग्राम सोना जिहदी कि जो सानू साढ़े ज्वेलर्स जिहड़े भरा उन्होंने दस्सिया 1,75,00,000 इहदी कीमत बनती आ जो असी ये सोना रिकवर कर लिया और गड्डी दा नंबर भी ते गड्डी दा मारका नंबर वो सानू ट्रेस हो चुका बंदियां दी आइडेंटिटी सानू ट्रेस हो चुकी है पार्टियां साडियां डिस्पैच ने और अज शाम तक दे विच विच असी ये दोषी जिहड़े आ उन्हां नू राउंड अप कर लांगे सो रिकवरी जिहड़ी आ ये असी कर चुके हैं जिहदे नाल साडे रिकवरी कित्थों होई है रिकवरी सानू बठिंडे तों जी ये चांसिस हैगे आ जी पर असी अजे डिस्कलोज नहीं कर सकते क्योंकि दिस इज़ पार्ट ऑफ इनवैसटीगेशन एस एंड वैन जो अरैसट कर लेंगे उदों तुहानू आइडेंटिटी ते जो काम किया उन्हां दा हैगा वो डिस्कलोज कर बिल्कुल जी पुलिस दीयां वर्दियां भी असीं रिकवर कीतियां ने और पुलिस वाले सीगे जेल पुलिस दे सी बी एस एफ दे सी आर पी एफ दे पंजाब पुलिस दे दैट इज़ मैटर ऑफ इनवैसटीगेशन एस एंड वैन जदों असीं उन्हां नूं अरैसट कर लांगे उह तुहानूं दस दांगे भी ये जाली पुलिस वाले असल पुलिस वाले ते किहड़ी डिपार्टमेंट दी पुलिस सीगी इह ਉਹ ਅਸੀਂ ਤੁਹਾਨੂੰ ਬਿਲਕੁਲ ਦੱਸਾਂਗੇ ਗੋਲਡ ਸਾਡਾ ਸਾਰਾ ਰਿਕਵਰ ਹੋ ਗਿਆ ਜੀ ਔਰ ਜਿਹੜੇ ਜਵੈਲਰਸ ਆ ਉਹਨਾਂ ਦੀ ਤਸੱਲੀ ਮੁਤਾਬਕ ਸਾਰਾ ਕੁਛ ਉਹਨਾਂ ਦਾ ਜਿਹੜੇ ਛੱਡ ਕੇ ਭੱਜ ਗਏ ਈਵਨ ਗੁੱਥੂ ਮੱਥਾ ਵੀ ਹੋਇਆ ਸਾਡੇ ਮੁੰਡਿਆਂ ਦੇ ਨਾਲ ਇੱਕ ਦੋਵਾਂ ਦੇ ਮੁੰਡਿਆਂ ਦੀਆਂ ਵਰਦੀਆਂ ਵੀ ਪਾਟੀਆਂ ਉਹਨਾਂ ਦੇ ਵੀ ਕੱਪੜੇ ਕੁੱਪੜੇ ਜਿਵੇਂ ਰਾਤ ਦਾ ਹਨੇਰਾ ਸੀਗਾ ਤੋ ਸੋ ਬੰਦੇ 4-5 ਸੀਗੇ ਸੋ 2 ਜਣੇ ਇੱਕ ਪਾਸੇ ਨੂੰ ਭੱਜ ਗਏ 3 ਜਣੇ ਇੱਕ ਪਾਸੇ ਨੂੰ ਭੱਜ ਗਏ ਪੀ ਸੀ ਆਰ ਦੇ ਉੱਤੇ 2 ਮੁੰਡੇ ਹੁੰਦੇ ਆ ਉਹ ਜਦੋਂ ਉਹਨਾਂ ਨੇ ਜੱਫੇ ਮਾਰੇ ਜਾ ਕੇ ਉਹ ਗੁੱਥਮ ਗੁੱਥਾ ਹੋਏ ਤੋ ਦੇ ਸਲਿਪਡ ਵੇ ਬਟ ਉਹ ਸਾਨੂੰ ਆਇਡੈਂਟੀਸ ਉਹਨਾਂ ਦੀਆਂ ਪਤਾ ਲੱਗ ਗਈਆਂ ਕਈ ਚੀਜ਼ਾਂ ਉਹਨਾਂ ਦੀਆਂ ਉੱਥੇ ਡਿੱਗ ਵੀ ਪਈਆਂ ਜਿੱਥੋਂ ਸਾਨੂੰ ਅੱਗੇ ਕਲੀਅਰ ਹੋਇਆ ਵੀ ਇਹ ਬੰਦੇ ਕਿਹੜੇ ਹੋ ਸਕਦੇ ਇਹ ਹੈ ਜੀ ਇੱਥੇ ਸਿਵਲ ਲਾਈਨ ਥਾਣੇ ਦਾ ਏਰੀਆ ਪੈਂਦਾ ਜੀ ਅਤੇ ਇਹ ਇਹਦਾ ਐਗਜੈਕਟ ਪਲੇਸ ਜਿਹੜੀ ਆ ਅਕਰੰਸ ਦੇ ਇਹਦੇ 'ਚ ਨੋਟ 'ਚ ਹੈਗਾ ਤੁਸੀਂ ਦੇਖ ਲਓ ਨਾਓ ਆਈ ਕਮ ਟੂ ਥਰਡ ਵੇਖੋ ਉਹ ਪਰਿਵਾਰ ਵੀ ਮੈਨੂੰ ਮਿਲਿਆ ਸੀਗਾ ਇਹ ਨਾ ਜੀ ਜਿਹੜਾ ਅਰਸ਼ ਢੱਲਾ ਹੈਗਾ ਇਹ ਗੈਂਗ ਇਹਨੂੰ ਅਸੀਂ ਉਦੋਂ ਹੀ ਮੈਂ SSP ਮੋਗੇ ਜਦੋਂ ਉਹਨੂੰ ਬਸਟ ਕੀਤਾ ਸੀ ਇਹਦਾ ਤਰੀਕਾ ਵਾਰਦਾਤ ਵੀ ਇਹੋ ਹੀ ਸੀਗਾ ਸੋ ਉੱਥੇ ਇੱਕ ਸੁੱਖਾ ਲੰਮਾ ਗੈਂਗ ਦਾ ਨਾਂ ਤੁਸੀਂ ਸੁਣਿਆ ਹੋਣਾ ਪਹਿਲਾਂ ਸੁੱਖਾ ਲੰਮੇ ਗੈਂਗ ਤੋਂ ਨਾਂ ਕਿਸੇ ਦਾ ਹੋਰ ਸੀ ਮੂੰਹ ਕਿਸੇ ਦਾ ਹੋਰ ਸੀ ਫੋਟੋ ਸੁੱਖੇ ਲੰਮੇ ਦੀ ਸਾਰਾ ਕੁਛ ਉਹਦਾ ਸਿਰਫ ਇੰਨੀ ਗੱਲ ਇੱਕ ਮਾਣ ਗਰੁੱਪ ਸੀਗਾ ਜਗਰਾਓਂ ਏਰੀਏ ਦਾ ਉਹਨਾਂ ਸੁੱਖੇ ਜਿਹੜਾ ਸੁੱਖਾ ਉਹ ਲੰਮੇ ਪਿੰਡ ਦਾ ਉਹ ਵੀ ਜਗਰਾਓਂ ਜ਼ਿਲ੍ਹੇ 'ਚ ਪੈਂਦਾ ਪੁਲਿਸ ਡਿਸਟ੍ਰਿਕਟ ਜਗਰਾਓਂ ਬਾਕੀ ਜ਼ਿਲ੍ਹਾ ਜਿਹੜਾ ਲੁਧਿਆਣਾ ਸੋ ਉਹਨੂੰ ਇੱਕ ਵਿਆਹ 'ਚ ਉਹਨਾਂ ਨੇ ਕੁੱਟਿਆ ਮਾਰਿਆ ਸੀ ਅਤੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਸੀ ਪਰ ਉਹ ਕ੍ਰੋਸ ਕੇਸ ਹੋਇਆ ਸੀ ਉਹਦੇ 'ਚ ਸੁੱਖਾ ਵੀ ਜੇਲ੍ਹ 'ਚ ਗਿਆ ਅਤੇ ਬਾਕੀ ਜਿਹੜਾ ਮਾਨ ਗਰੁੱਪ ਉਹ ਵੀ ਜੇਲ੍ਹ 'ਚ ਗਿਆ ਸੀ ਔਰ ਇਹਨੂੰ ਇਸ ਗੱਲ ਦਾ ਪਤਾ ਸੀ ਅਰਸ਼ ਢੱਲੇ ਨੂੰ ਇਹ ਕੈਨੇਡਾ ਤੋਂ ਵਾਪਸ ਆਇਆ ਜਦੋਂ ਉਹਦੀ ਜ਼ਮਾਨਤ ਹੋਈ ਅਤੇ ਇਹ ਸੁੱਖੇ ਨੂੰ ਆ ਕੇ ਮਿਲਿਆ ਔਰ ਉਹ ਸੁੱਖਾ ਜਿਹੜਾ ਵਾ ਵੀਕ ਪਰਸਨੈਲਿਟੀ ਦਾ ਇੱਕ ਦੇਸੀ ਜਿਹਾ ਬੰਦਾ ਸੀਗਾ ਬਟ ਉਹਨੂੰ ਥੋੜ੍ਹਾ ਸ਼ੌਕ ਸੀਗਾ ਵੈਲੀ ਬਣਨ ਦਾ ਇਹਨੇ ਉਹਦੀ ਉਹ ਕਮਜ਼ੋਰੀ ਦਾ ਫਾਇਦਾ ਲੈ ਕੇ ਉਹਦੇ ਕੋਲ ਸਾਰੀਆਂ ਆਈਡੀਆਂ ਉਹਦੀ ਫੇਸਬੁੱਕ ਐਵਰੀਥਿੰਗ ਇਹਨੇ ਆਪਣੇ ਕੋਲ ਲੈ ਲਈ ਉਦੋਂ ਇਹ ਮੋਗੇ ਤੋਂ 2 ਮੋਬਾਈਲ ਫੋਨ ਵੀ ਖਰੀਦ ਕੇ ਲੈ ਕੇ ਗਿਆ ਸੀ ਗਲਤ ਆਈਡੀਜ਼ ਦੇ ਉੱਤੇ ਉੱਥੇ ਇਹਨੇ ਫਿਰ ਜਿਹੜਾ ਹੈ ਸੁੱਖਾ ਲੰਮਾ ਜਿਹੜਾ ਉਹਦੇ ਕੋਲ ਸਾਰਾ ਕੁਝ ਲੈ ਕੇ ਵੀ ਤੇਰਾ ਮੈਂ ਬਦਲਾ ਲਊਂਗਾ ਮਾਨ ਹੁਣਾਂ ਨੂੰ ਮਾਰੂੰਗਾ ਇਹਨੇ ਇੱਕ ਅੱਧਾ ਵੈਪਨ ਦੇ ਕੇ ਆਪ ਨਾਲ ਜਾ ਕੇ ਉਹਦੇ ਗੇਟ 'ਚ ਉਹਨਾਂ ਦੇ ਘਰ ਜਾ ਕੇ ਗੇਟ 'ਚ ਗੋਲੀਆਂ ਮਰਾਤੀਆਂ ਉਹ ਸੁੱਖੇ ਨੂੰ ਹੋ ਗਿਆ ਵੀ ਮੇਰੇ ਨਾਲ ਇਹ ਮੇਰਾ ਦੋਸਤ ਬਣ ਗਿਆ ਅਤੇ ਮੈਨੂੰ ਇਹ ਜਿਹੜਾ ਹੈ ਆ ਵੀ ਮੇਰੀ ਮਦਦ ਕਰੂਗਾ ਬਦਲਾ ਲੈਣ 'ਚ ਅਲਟੀਮੇਟਲੀ ਇਹਨੇ ਉਹਨੂੰ ਲਿਆ ਕੇ ਉੱਥੇ ਢੱਲੇ ਪਿੰਡ ਦੇ ਵਿੱਚ ਇੱਕ ਖਾਲੀ ਅਬੈਂਡਨ ਘਰ ਸੀਗਾ ਜਿਹੜਾ ਕਿ ਬਾਹਰ NRI ਸੀ ਉਹਦੀ ਚਾਬੀ ਇਹਦੇ ਪਿਓ ਕੋ ਸੀ ਉਸ ਘਰ ਦੇ ਵਿੱਚ ਖੜ ਕੇ ਸੁੱਖੇ ਦਾ ਸਿਰ ਜਿਹੜਾ ਸੀਗਾ ਉਹ ਧੜ ਨਾਲੋਂ ਅੱਡ ਕਰਤਾ ਉਹਦੇ ਟੈਟੂਸ ਵਗੈਰਾ ਬਣੇ ਸੀ ਬਾਹਾਂ ਦੇ ਉੱਤੇ ਉਹਨਾਂ ਸਾਰਿਆਂ ਨੂੰ ਉਹਨੇ ਸਾੜਤਾ ਤਾਂ ਕਿ ਉਹਦੀ ਆਇਡੈਂਟੀ ਬਿਲਕੁਲ ਪਤਾ ਨਾ ਲੱਗੇ ਵੀ ਇਹ ਹੈਗਾ ਜਿਉਂਦਾ ਕਿ ਮਰ ਗਿਆ ਉਹਨੂੰ ਦੌਧਰ ਵਾਲੀ ਨਹਿਰ 'ਚ ਜਾ ਕੇ ਸਿੱਟਤੀ ਉਹਦੀ ਡੈੱਡ ਬੋਡੀ ਉਦੋਂ ਬਾਅਦ ਇਹਨੇ ਉੱਥੇ ਪਿੰਕਾ ਮੁੰਡਾ ਇਹ ਸੁਪਰ ਸ਼ਾਈਨ ਵਾਲਾ ਐਂ ਕਾਊਂਟਰ 'ਤੇ ਬੈਠਾ ਸੀਗਾ ਉਹਨੂੰ ਗੋਲੀਆਂ ਮਾਰ ਕੇ ਮਾਰਤਾ
ਭਗਤੇ ਭਾਈ ਕੇ ਪ੍ਰੇਮੀ ਦੇ ਗੋਲੀਆਂ ਮਾਰੀਆਂ ਉਹ ਮਾਰਤਾ। ਫਿਰ ਇਹਨੇ ਇੱਕ ਪ੍ਰੀਸਟ ਮਤਲਬ ਹਿੰਦੂ ਆਪਣਾ ਸੀਗਾ ਪਾਦਰੀ ਕਹਿਤਾ ਜੀ ਪੰਡਿਤ ਫਲੋਰ ਇੱਕ ਮੰਦਿਰ ਦੇ ਵਿੱਚ ਉਹਦੇ ਗੋਲੀਆਂ ਮਾਰੀਆਂ ਬਟ ਉਹ ਬਚ ਗਿਆ। ਉਹਦੇ 3 ਗੋਲੀਆਂ ਵੱਜੀਆਂ, ਇੱਕ ਛੋਟੀ ਬੱਚੀ ਵੀ ਮੰਦਰ ਮੱਥਾ ਟੇਕਣ ਆਈ ਉਹਦੀ ਵੀ ਲੱਤ 'ਚ ਗੋਲੀ ਵੱਜੀ, ਪਰ ਉੱਥੇ ਜਾਨੀ ਨੁਕਸਾਨ ਨਹੀਂ ਹੋਇਆ। ਉਦੋਂ ਬਾਅਦ ਇਹਨੇ ਇੱਥੇ ਫਰੌਤੀਆਂ ਦੀਆਂ ਕੌਲਾਂ ਸ਼ੁਰੂ ਕਰਤੀਆਂ ਪਿੰਕੇ ਨੂੰ ਮਾਰਨ ਤੋਂ ਬਾਅਦ। ਅਤੇ ਇੱਧਰ ਭਗਤੇ ਜਿਹੜਾ ਮਾਰਿਆ ਸੀਗਾ ਇਹ ਸਿਰਫ ਜਿਹੜਾ ਹਰਦੀਪ ਨਿੱਜਰ ਸੀਗਾ ਜਿਹੜਾ ਫਲੋਰ ਵਾਲਾ ਜਿਹੜਾ ਫਲੋਰ ਵਾਲਾ ਪ੍ਰੀਸਟ ਦੇ ਗੋਲੀਆਂ ਮਾਰੀਆਂ ਗਈਆਂ ਸੀ। ਹਰਦੀਪ ਨਿੱਜਰ ਫਲੋਰ ਦੇ ਲਾਗੇ ਦਾ ਹੀ ਰਹਿਣ ਵਾਲਾ ਜਿਹੜਾ ਕਿ ਹੁਣ ਕੈਨੇਡਾ 'ਚ ਮਾਰਿਆ ਗਿਆ। ਸੋ ਇਹ ਇੱਕ ਗੈਂਗਸਟਰ ਟੈਰਰਿਸਟ ਨੈਕਸਸ ਬਣਾ ਲਿਆ ਸੀ ਇਹਨੇ। ਇਹ ਉਸ ਕਰਕੇ ਉਹਨਾਂ ਦੇ ਨਾਲ ਰਲ ਗਿਆ ਵੀ ਜਿਹੜੇ ਉੱਥੇ ਅੱਤਵਾਦੀ ਸਰਗਣ ਨੇ ਇਹਦੇ ਹਰਦੀਪ ਨਿੱਜਰ ਅਰਗੇ ਬੈਠੇ ਸੀਗੇ ਉਹਨਾਂ ਕੋਲ ਉੱਥੇ ਵਕੀਲਾਂ ਦੇ ਟੋਲੇ ਆ। ਇਹ ਉਹਨਾਂ ਕੋਲ ਇਹ ਕਹਿੰਦਾ ਸੀ ਵੀ ਮੈਨੂੰ ਕਿਤੇ ਡਿਪੋਰਟ ਨਾ ਕੀਤਾ ਜਾਵੇ ਜਾਂ ਮੈਨੂੰ ਕਿਤੇ ਮੇਰੀ ਉੱਥੋਂ ਐਕਸਟ੍ਰਾਡਿਕਸ਼ਨ ਨਾ ਇੰਡੀਆ ਵਾਲੀ ਗੌਰਮੈਂਟ ਲੈ ਜੇ ਤਾਂ ਕਿ ਉਹ ਜਿਹੜੇ ਉੱਥੇ ਰੈਡੀਕਲ ਜਾਂ ਗਰਮ ਖਿਆਲੀ ਵਕੀਲ ਆ ਉਹਨਾਂ ਦੀ ਇਹਨੂੰ ਪ੍ਰੋਟੈਕਸ਼ਨ ਮਿਲੇ ਵੀ ਕੈਨੇਡਾ 'ਚ ਉਹਨੂੰ ਇੰਡੀਆ ਵਾਲੀ ਗੌਰਮੈਂਟ ਇੱਥੇ ਲੈ ਕੇ ਨਾ ਆ ਸਕੇ। ਸੋ ਇਹਨੇ ਉਹਨਾਂ ਨਾਲ ਨੈਕਸਸ ਬਣਾ ਤਾ। ਇਸ ਕਰਕੇ ਉਹਦੇ ਕਹਿ 'ਤੇ ਨਿੱਜਰ ਦੇ ਕਹਿ 'ਤੇ ਵੀ ਉਹ ਜਿਹੜਾ ਪੰਡਿਤ ਹੈਗਾ ਵਾ ਮੰਦਰ ਦਾ ਪੁਜਾਰੀ ਹੈਗਾ ਵਾ ਵੀ ਉਹ ਉੱਥੇ ਜਿਹੜਾ ਹੈ ਉਹ ਜਨਾਨੀ ਬਾਜ ਆ, ਇਸ ਕਰਕੇ ਉਹ ਉੱਥੋਂ ਦੀਆਂ ਲੇਡੀਜ਼ ਨੂੰ ਖਰਾਬ ਕਰਦਾ। ਅਤੇ ਹਰਦੀਪ ਨਿੱਜਰ ਨੂੰ ਦੀ ਕੋਈ ਰਿਸ਼ਤੇਦਾਰ ਵੀ ਸੀਗੀ, ਉਹਨੂੰ ਐਂ ਲੱਗਦਾ ਸੀ ਵੀ ਇਹਦੀ ਪੰਡਿਤ ਨਾਲ ਗੱਲਬਾਤ, ਇਸ ਕਰਕੇ ਉਹਨੇ ਉਹਦੇ ਗੋਲੀਆਂ ਮਰਾਈਆਂ ਸੀ। ਇੱਦਾਂ ਭਗਤੇ ਭਾਈ ਕੇ ਵੀ ਜਿਹੜਾ ਇਹਨਾਂ ਨੇ ਡੇਰਾ ਪ੍ਰੇਮੀ ਦੇ ਗੋਲੀਆਂ ਮਾਰੀਆਂ ਉਹ ਵੀ ਇੱਕ ਰੰਗਤ ਦੇਣ ਨੂੰ ਧਾਰਮਿਕ ਵੀ ਮਤਲਬ ਉਹ ਟੈਰਰਿਜ਼ਮ ਵਾਲੇ ਐਂਗਲ ਤੋਂ ਧਾਰਮਿਕ ਰੰਗਤ ਦੇਣ ਨੂੰ ਗੋਲੀਆਂ ਮਾਰੀ। ਨਾਲ ਹੀ ਇਹਨੇ ਥਰਡ ਕਾਂਡ ਕੀਤਾ ਜਿਹੜਾ ਮੋਗੇ ਵਾਲਾ ਪਿੰਕਾ ਮੁੰਡਾ ਸੀਗਾ ਸੁਪਰ ਸ਼ਾਈਨ ਸ਼ੋਰੂਮ ਦਾ ਮਾਲਕ, ਉਹਦੇ ਗੋਲੀਆਂ ਮਾਰੀਆਂ ਔਰ ਉਹ ਵਿਚਾਰੇ ਦੀ ਡੈਥ ਹੋ ਗਈ। ਉੱਥੇ ਇਹਨੇ ਉੱਥੇ ਗੈਂਗਸਟਰ ਵਾਲਾ ਐਂਗਲ ਆ ਗਿਆ, ਇੱਥੇ ਜਿਹੜਾ ਭਗਤੇ ਭਾਈ ਕੇ ਆ ਇਹ ਰੈਡੀਕਲ ਆ ਗਿਆ, ਉੱਥੇ ਪਰਸਨਲ ਦੁਸ਼ਮਣੀ ਅਤੇ ਨਾਲ ਉਹ ਤਾਂ ਰੈਡੀਕਲ ਅਤੇ ਜਿਹੜਾ ਹੈਗਾ ਉਹ ਐਂਗਲ ਆ ਗਿਆ ਫਲੋਰ ਵੀ। ਸੋ ਇਹਦਾ ਦਿਮਾਗ ਇਹੋ ਜਿਹਾ ਹੀ ਆ, ਇਹ ਕੁਛ ਡਰੂ ਜਿਹਾ ਬੰਦਾ ਮਤਲਬ ਸਾਡੇ ਬੱਚਿਆਂ ਨੂੰ ਇੱਥੇ ਜਾਣ ਕੇ ਫੇਸਬੁੱਕਾਂ ਦੇ ਦੂਜੇ ਨੰਬਰ ਦੇ ਕੇ ਤੁਹਾਨੂੰ ਬਾਹਰ ਲੈ ਜੂੰਗਾ, ਜਾਂ ਕੋਈ ਮੁੰਡਿਆਂ ਦੀ ਕਾਲਜ ਦੀ ਲੜਾਈ ਆ ਉਹੋ ਜਿਹੇ ਬੱਚਿਆਂ ਨੂੰ ਮਗਰ ਲੈ ਲਿਆ ਵੀ ਮੇਰੇ ਕੋਲ ਹੋਰ ਬੰਦੇ ਹੈਗੇ ਆ ਸ਼ੂਟਰ ਹੈਗੇ ਮੈਂ ਤੁਹਾਡਾ ਬਦਲਾ ਲੈ ਲੂੰ, ਐਂ ਕਰਕੇ ਬੱਚਿਆਂ ਤੋਂ ਇਹੋ ਜਿਹੇ ਕੰਮ ਕਰਾਉਂਦਾ। ਜਿਹੜੇ 3 ਮੁੰਡੇ ਫੜੇ ਸੀ ਉਹਨਾਂ ਨੂੰ ਨਹੀਂ ਪਤਾ ਵੀ ਸਾਡਾ ਪਰਪਸ ਕੀ, ਉਹਨਾਂ ਦਾ ਵੀ ਇੱਕ ਜਾਤੀ ਕੋਈ ਕੰਮ ਦੁਸ਼ਮਣੀ ਸੀ, ਉਹਨੂੰ ਕਹਿੰਦਾ ਮੈਂ ਤੁਹਾਡਾ ਕੰਮ ਕਢਾ ਦੂੰਗਾ। ਸੋ ਇਹਦਾ ਜਿਹੜਾ ਹੈਗਾ ਵਾ ਇਹ ਮਤਲਬ ਨੰਗ ਆਦਮੀ ਹੈ, ਇੱਥੇ ਵੀ ਨੰਗ ਸੀ ਉੱਥੇ ਵੀ ਨੰਗ ਆ, ਨਹੀਂ ਤਾਂ ਬੰਦੇ ਕੈਨੇਡਾ ਜਾ ਕੇ ਮਿਹਨਤ ਕਰਕੇ ਕਈ ਕੁਛ ਬਣਾਉਂਦੇ ਆ, ਇਹ ਇੱਥੇ ਆ ਕੇ ਅਜੇ ਵੀ ਫਰੌਤੀਆਂ ਦੀਆਂ ਕੌਲਾਂ ਕੂਲਾਂ ਕਰਕੇ ਇਹੋ ਜਿਹਾ ਕਰਦਾ। ਸਾਡੇ ਬੱਚਿਆਂ ਨੂੰ ਇਹੋ ਬਚਣਾ ਚਾਹੀਦਾ। ਸੋ ਜਦੋਂ ਪਿੰਕੇ ਨੂੰ ਮਾਰਿਆ ਗਿਆ ਮੋਗੇ ਉਦੋਂ ਵੀ ਸਾਰੇ ਉੱਥੇ ਜਿਹੜੇ ਹੋਰ ਵਪਾਰੀ ਵਰਗ ਸੀਗਾ ਉਹਦੇ 'ਚ ਰੈਨਸਮ ਦੀਆਂ ਕੌਲਾਂ ਆਈਆਂ, ਕਈ ਕੌਲਾਂ ਆਈਆਂ, ਕਈਆਂ ਨੇ ਜਿਹੜਾ ਪੁਲਿਸ ਨੂੰ ਰਿਪੋਰਟ ਵੀ ਨਹੀਂ ਕੀਤੀਆਂ ਜਾਂ ਕੋਈ ਰੈਨਸਮ ਦੇ ਵੀ ਦਿੱਤਾ ਹੋਊਗਾ। ਇਸੇ ਕੜੀ ਦੇ ਵਿੱਚ ਜਿਹੜਾ ਮੇਲਾ ਸਿੰਘ ਹੋਣਾ ਦੀ ਅਸੈਸੀਨੇਸ਼ਨ ਹੋਈ ਆ, ਕਿਉਂਕਿ ਮੈਂ ਇਸ ਚੀਜ਼ ਨੂੰ ਬੜਾ ਡੰਘਾਈ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਹੈ, ਕਿਉਂਕਿ ਕਿਸੇ ਨੂੰ ਪਹਿਲਾਂ ਪੁਲਿਸ ਨੂੰ ਤਾਂ 6-7 ਮਹੀਨੇ ਪਤਾ ਹੀ ਨਹੀਂ ਲੱਗਾ ਡੇਰਾ ਪ੍ਰੇਮੀ ਦੀ ਉਸ ਹੱਤਿਆ ਤੋਂ ਬਾਅਦ ਵੀ ਵੈਦਰ ਇਹ ਕਿਲਿੰਗਸ ਸੁੱਖਾ ਲੰਮੇ ਕਰ ਰਿਹਾ, ਇਹਦਾ ਤਾਂ ਪਤਾ ਹੀ ਕਿਸੇ ਨੂੰ ਨਹੀਂ, ਕਿਉਂਕਿ ਜ਼ਿੰਮੇਵਾਰੀਆਂ ਉਹਦੀ ਫੇਸਬੁੱਕ ਤੋਂ ਲੈ ਰਿਹਾ ਸੀ, ਉਹਦੀਆਂ ਸੋਸ਼ਲ ਜਿੰਨੀਆਂ ਮੀਡੀਆ ਦੀਆਂ ਹੈਂਡਲ ਸੀਗੇ ਉਹ ਸਾਰੇ ਇਹਨੇ ਆਪ ਕੈਪਚਰ ਕਰ ਲਏ, ਉੱਤੋਂ ਸਾਰੇ ਉਹਦੇ ਪਾਸਪੋਰਟ ਪੂਸਪੋਰਟ ਲੈ ਕੇ ਉਹਨੂੰ ਮਾਰ ਕੇ ਸਿੱਟਤਾ। ਇਹ ਤਾਂ 6-7 ਮਹੀਨੇ ਜ਼ਿੰਮੇਵਾਰੀਆਂ ਹੀ ਉਹਦਾ ਲਈ ਗਿਆ, ਅਤੇ ਪੁਲਿਸ ਜਿਹੜੀ ਸੀ ਇਹਨੂੰ ਇਹ ਸੀਗਾ ਵੀ ਸੁੱਖੇ ਲੰਮੇ ਨੂੰ ਲੱਭਦੀ ਫਿਰੂ, ਸੁੱਖਾ ਲੰਮਾ ਇਹਨੇ ਮਾਰ ਕੇ ਸਿੱਟਤਾ ਸੀ। ਉਹਦਾ ਬਾਅਦ 'ਚ ਇਹਨੂੰ ਅਨਅਰਥ ਕੀਤਾ ਗਿਆ ਵੀ ਐਕਚੁਅਲ ਇਹ ਬੰਦਾ ਵਾ ਜਿਹੜਾ ਅਸਲ ਕਿਲਿੰਗਸ ਕਰ ਰਿਹਾ। ਹੁਣ ਹੀ ਇਹ ਨਸ਼ਰ ਹੋ ਗਿਆ ਵਾ, ਜਦੋਂ ਇਹਦੀ ਐਕਸਟ੍ਰਾਡਿਕਸ਼ਨ ਹੋ ਜੂਗੀ ਜਾਂ ਬਾਹਰੋਂ ਆ ਜੂਗਾ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਆ ਜੂਗੀ। ਔਰ ਬੇਸਿਕਲੀ ਜਿਹੜਾ ਹੈਗਾ ਉਸ ਪਰਿਵਾਰ ਨੂੰ ਵੀ ਮੈਂ ਬੜਾ ਨਿੱਜੀ ਤੌਰ 'ਤੇ ਵੀ ਜਾਣਦਾ ਔਰ ਮੈਂ ਉਹਨਾਂ ਨੂੰ ਬੜਾ ਇਸ ਚੀਜ਼ ਦਾ ਸਾਰੀ ਕਲੈਰਿਟੀ ਵੀ ਉਹਨਾਂ ਨੂੰ ਦੱਸੀ ਆ ਵੀ ਇਹਨੇ ਇਹੋ ਜਿਹੀ ਕਿਲਿੰਗਸ ਇਸੇ ਕਰਕੇ ਕਰਦਾ ਵਾ ਵੀ ਆਲੇ ਦੁਆਲੇ 'ਚ ਦਹਿਸ਼ਤ ਪੈ ਜੇ, ਬਿਜ਼ਨਸ ਕਮਿਊਨਿਟੀ 'ਚ ਦਹਿਸ਼ਤ ਪੈ ਜੇ, ਅਤੇ ਮੈਂ ਜਿਹਨੂੰ ਰੈਨਸਮ ਕੌਲ ਕਰਾਂ ਮੈਂ ਕਹਾਂ ਕਿ ਮੈਂ ਮੇਲਾ ਮਾਰਦਾ ਅਤੇ ਅਗਲਾ 2 ਮਿੰਟ ਲਾਵੇ ਮੈਨੂੰ ਪੈਸੇ ਦੇ ਕੇ ਆਪਦੀ ਜਾਨ ਛਡਾਉਣ। ਸੋ ਇਹ ਇਹਦੇ ਡਿਜ਼ਾਈਨਸ ਆ, ਇਹਦੀ ਸਟ੍ਰੈਟਜੀ ਆ। ਔਰ ਤੁਹਾਡੇ ਮਾਧਿਅਮ ਤੋਂ ਵੀ ਮੈਂ ਇਹੋ ਹੀ ਗੱਲ ਕਹੂੰਗਾ ਵੀ ਇਹੋ ਜਿਹੜੇ ਬੇਵਕੂਫ ਅਤੇ ਵਾਹਿਆਤ ਬੰਦੇ ਉਹਨਾਂ ਨੂੰ ਸਾਡੇ ਯੂਥ ਨੂੰ ਉਹਨਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ। ਇਹ ਡਰਪੋਕ ਕਿਸਮ ਦੇ ਬੰਦੇ ਆ, ਅੱਧੇ ਪੰਜਾਬ ਦੀਆਂ ਉਨੀਆਂ ਬਾਟਾ ਕੰਪਨੀ ਜੁੱਤੀਆਂ ਨਹੀਂ ਬਣਾਉਂਦੀ ਹੋਣੀ ਜਿੰਨੀਆਂ ਇਹਦੇ ਪਿਓ ਦੇ ਵੱਜ ਚੁੱਕੀਆਂ, ਉਹ ਜੇਲ੍ਹ 'ਚ ਆ।
ਔਰ ਇਹਨੂੰ ਮਤਲਬ ਬੰਦੇ ਨੂੰ ਸ਼ਰਮ ਚਾਹੀਦੀ ਆ ਵੀ ਆਪਦਾ ਬਾਪ ਜਿਹੜਾ ਤੇਰਾ ਪਤਾ ਨਹੀਂ ਕਿੱਥੇ ਕਿੱਥੇ ਤੇਰੇ ਕਰਕੇ ਉਹਨੂੰ ਕੀ ਕੁਛ ਸਹਿਣਾ ਪੈ ਰਿਹਾ। ਪਰ ਇਹ ਲੋਕਾਂ ਦਾ ਇਹਨਾਂ ਦਾ ਕੋਈ ਦੀਨ ਮਜ਼ਹਬ ਨਹੀਂ ਹੈਗਾ। ਬਾਹਰ ਬੈਠੇ ਲੋਕ ਬਾਹਰ ਜਾਂਦੇ ਆ ਵੀ ਚਲੋ ਅਸੀਂ ਉੱਥੇ ਪੈਸਾ ਕਮਾਵਾਂਗੇ, ਪੈਸਾ ਕਮਾ ਕੇ ਆਪਾਂ ਬਾਹਰ ਪਿੱਛੇ ਆਪਣੇ ਮਾਂ ਪਿਓ ਨੂੰ ਭੇਜਾਂਗੇ। ਪਰ ਇਹ ਲੋਕ ਇਹੋ ਜਿਹੇ ਜਿਹੜੇ ਬਾਹਰ ਜਾ ਕੇ ਵੀ ਇੱਥੇ ਗੰਦ ਪਾ ਰਹੇ ਆ, ਸਾਡੇ ਬੱਚਿਆਂ ਨੂੰ ਗਲਤ ਰਾਹ 'ਤੇ ਤੋਰ ਰਹੇ ਆ, ਉਹਨਾਂ ਨੂੰ ਛੋਟੀਆਂ ਮੋਟੀਆਂ ਲਾਲਚ ਦੇ ਕੇ ਉਹਨਾਂ ਨੂੰ ਪਿੱਛੇ ਲਾ ਕੇ, ਪਹਿਲਾਂ ਉਹਨਾਂ ਨੂੰ ਗਮਰਾਹ ਕਰਕੇ ਉਹਨਾਂ ਤੋਂ ਇੱਕ ਅੱਧੇ ਦੇ ਗੇਟ 'ਚ ਗੋਲੀ ਮਰਾ ਦਿੰਦੇ, ਫਿਰ ਕਹਿੰਦੇ ਕਾਕਾ ਹੁਣ ਤੇਰੇ 'ਤੇ ਪਰਚਾ ਤਾਂ ਹੋ ਹੀ ਗਿਆ, ਹੁਣ ਤੂੰ ਅਗਲਾ ਕੰਮ ਨਾ ਕੀਤਾ ਅਤੇ ਤੈਨੂੰ ਪੁਲਿਸ ਦੇ ਹਵਾਲੇ ਆ ਜਾਣਾ, ਸਾਨੂੰ ਸਭ ਪਤਾ ਤੇਰਾ, ਤੈਨੂੰ ਅਸੀਂ ਫੜਾ ਦੇਣਾ। ਔਰ ਉਹ ਬੱਚੇ ਫਿਰ ਅੱਗੇ ਦੀ ਅੱਗੇ ਇਸ ਕ੍ਰਾਈਮ ਦੀ ਦੁਨੀਆ 'ਚ ਵੱਧਦੇ ਜਾਂਦੇ। ਸੋ ਸਾਡੇ ਯੂਥ ਨੂੰ ਇਹਨਾਂ ਤੋਂ ਸਮਝਣਾ ਚਾਹੀਦਾ ਵੀ ਜਿਹੜਾ ਬੰਦਾ ਆਪ ਨਹੀਂ ਉੱਥੇ ਜਾ ਕੇ ਕੁਝ ਕਰ ਸਕਿਆ ਉਹ ਤੁਹਾਡੇ ਲਈ ਕੀ ਕਰੂਗਾ। ਥੈਂਕ ਯੂ ਸਰ। ਇਸ ਮਾਮਲੇ ਦੇ ਵਿੱਚ ਤੁਸੀਂ ਕ੍ਰਾਈਮ ਕੀਤਾ, ਇਹਨਾਂ ਨੇ ਪੰਜੀ ਨਹੀਂ ਉਹਨਾਂ ਦੇ ਪਿੱਛੇ ਪੁੱਛਿਆ ਵੀ ਨਹੀਂ ਉਹਨਾਂ ਨੇ। ਕਈ ਬੱਚੇ ਜਿਹੜੇ NIA ਦੇ ਕੋਲ ਇਨਵੈਸਟੀਗੇਸ਼ਨ ਚਲੇ ਗਏ ਅਜੇ ਤੱਕ ਸੰਡੇ, ਜਿੰਨੇ ਵੀ ਕੇਸ ਤੁਹਾਨੂੰ ਮੈਂ ਜਿਹੜੇ ਮੋਗੇ ਵਾਲਾ ਦੱਸਿਆ ਜਾਂ ਭਗਤੇ ਭਾਈਕੇ ਵਾਲਾ ਦੱਸਿਆ, ਉਹ ਸਾਰੇ ਹੀ ਮੁਲਜ਼ਮ ਜਿਹੜੇ ਹੈਗੇ ਆ ਉਹਨਾਂ ਨੂੰ ਇਹਨੇ ਵਰਤਿਆ ਔਰ ਉਹ ਅੱਜ ਤੱਕ ਜੇਲ੍ਹਾਂ 'ਚ ਸੰਡੇ ਨੇ। ਔਰ ਜਗਾਂ ਵੀ ਜਿਹੜੇ ਨਿਆਣੇ ਆ ਇਹਦੇ ਹੁਣ ਇਸ ਵੇਲੇ ਇਹਦੇ ਕੋਈ ਬੰਦਾ ਨਹੀਂ ਰਹਿ ਗਿਆ ਜਿਹੜੇ ਆ ਹੁਣ ਇਹਨੇ ਪੈਦਾ ਜੇ ਕੀਤੇ ਸੀ, ਮਤਲਬ ਇਹ ਲੱਗਾ ਰਹਿੰਦਾ ਇਸ ਚੀਜ਼ 'ਚ। ਹੁਣ ਇਹਦੀ ਪੂਰੀ ਕੋਸ਼ਿਸ਼ ਹੋਊ, ਅੱਜ ਦਾ 4 ਮਹੀਨੇ ਨੂੰ ਕੋਈ ਭਟਕਿਆ ਬੱਚਾ ਇਹਦੇ ਕੋਲ ਫਸ ਗਿਆ ਫਿਰ ਇਹੋ ਜਿਹੀ ਕਰਤੂਤ ਕਰੂਗਾ, ਫਿਰ ਰੈਨਸਮ ਕਾਲਾਂ ਕਰੂਗਾ, ਮਤਲਬ ਉਹਦਾ ਡਿਜ਼ਾਈਨ ਆ। ਔਰ ਇਹ ਸਿਰਫ ਤੇ ਸਿਰਫ ਤਾਂ ਹੀ ਬਚ ਸਕਦਾ ਆਪਣਾ ਕੰਮ ਵੀ ਸਾਡੇ ਜਿਹੜੇ ਮੁੰਡੇ ਆ ਉਹਨਾਂ ਨੂੰ ਇਹ ਸਮਝਣਾ ਚਾਹੀਦਾ। ਆਪਣਾ ਕਹਿੰਦਾ ਜਿਹੜਾ ਲਾਹੌਰ ਅਤੇ ਜਿਹੜਾ ਪਿਸ਼ੌਰ ਉਹ ਆ ਇਹ। ਸੋ ਆਪਾਂ ਨੂੰ ਇਹੋ ਜਿਹੇ ਨਲਾਇਕ ਅਤੇ ਜਿਹੜੇ ਨੰਗ ਕਿਸਮ ਦੇ ਲੋਕ ਉਹਨਾਂ ਮਗਰ ਬੱਚਿਆਂ ਨੂੰ ਨਹੀਂ ਲੱਗਣਾ ਚਾਹੀਦਾ। ਬਿਲਕੁਲ ਅਸੀਂ ਕਰਾਂਗੇ ਜੀ, ਉਹਦੇ 'ਚ ਅਸੀਂ ਉਹਨਾਂ ਨੂੰ ਜੇਲ੍ਹ 'ਚੋਂ ਪ੍ਰੋਡਕਸ਼ਨ ਫਰੰਟ 'ਤੇ ਲਿਆ ਕੇ ਫਿਲਹਾਲ ਅਸੀਂ ਇਸ ਚੀਜ਼ ਨੂੰ ਵੇਖ ਰਹੇ ਹਾਂ ਵੀ ਸਾਨੂੰ ਉਹਦੇ 'ਚ ਕੋਈ ਨਵੀਂ ਚੀਜ਼ ਕਿਸੇ ਸੋਰਸ ਰਾਹੀਂ ਪਤਾ ਲੱਗਦੀ ਆ ਵੀ ਉਹਦੇ 'ਚ ਕੋਈ ਨਾ ਕੋਈ ਹੋਰ ਮੋਟਿਵ ਇਨਵੋਲਵ ਸੀ ਵਿਚ ਹੈਜ਼ ਨੋਟ ਕਮ ਟੂ ਨਾਈਟ। ਉਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੀ ਮੋਡਸ ਪਰੈਂਡੀ ਆ, ਬੰਦਾ ਵਪਾਰੀ ਮਾਰਨਾ। ਹੁਣ ਤੁਸੀਂ ਉਹਦੀ ਗੱਲ ਸੁਣ ਲਓ ਸੁਪਰਸ਼ਾਈਨ ਵਾਲੇ, ਉਹ 4 ਭਰਾ ਨੇ ਕਿਉਂਕਿ ਮੈਂ ਉੱਥੇ ਹੀ ਸੀਗਾ, ਔਰ ਉਹਨਾਂ 'ਚ ਇੱਕ ਵੱਡੇ ਭਰਾ ਦਾ ਬਰਥਡੇ ਸੀ। ਇਹ ਮੁੰਡਾ ਜਿਹੜਾ ਮਾਰਿਆ ਗਿਆ ਪਿੰਡਾ, ਇਹ ਕਦੀ ਵੀ ਆਪ ਦੀ ਰਿਸੈਪਸ਼ਨ 'ਤੇ ਜਾਂ ਉਸ ਜਿਹਨੂੰ ਆਪਾਂ ਗੱਲਾਂ ਕਹਿ ਦਿੰਦੇ ਉੱਥੇ ਨਹੀਂ ਸੀ ਬਹਿੰਦਾ। ਇਹ ਲਾਡਲਾ ਸੀ, ਆਪਦੇ ਘਰੇ ਘੁਰੇ ਰਹਿੰਦਾ ਸੀ, ਜਾਂ ਕਿਤੇ ਬਾਹਰ ਬੂਰ ਕੋਈ ਗ੍ਰਾਹੀ ਮਾੜੀ ਮੋਟੀ ਕੋਈ ਕਰ ਲਿਆ ਕਰ ਲਏ। ਉਦਣ ਭਰਾ ਦਾ ਬਰਥਡੇ ਉੱਤੇ ਸਾਰੇ ਜਣੇ ਸੈਲੀਬ੍ਰੇਟ ਕਰਨ ਡੇ, ਇਹ ਕਹਿੰਦਾ ਜੇ ਤੁਸੀਂ ਉੱਤੇ ਸਾਰੇ ਆਪਦਾ ਸੈਲੀਬ੍ਰੇਟ ਕਰਨ ਡੇ ਤਾਂ ਮੈਂ ਥੱਲੇ। ਉਹ ਭਰਾ ਇੱਕ ਨੇ ਕਹਿ ਤਾ ਚੱਲ ਅੱਜ ਤੂੰ ਹੀ ਬਹਿ ਜਾ ਉੱਥੇ ਜਾ ਕੇ, ਮਤਲਬ ਇਹਦੀ ਆਈ ਸੀ ਉੱਥੇ ਬੈਠਾ ਸੀ। ਮਤਲਬ ਡਿਸਪਾਈਟ ਆਫ ਡਿਸ ਥਿੰਗ ਵੀ ਇਹਨਾਂ ਨੇ 4 ਭਰਾਵਾਂ 'ਚੋਂ ਉਹ ਮਾਰਿਆ ਗਿਆ ਜਿਹੜਾ ਕਦੀ ਉੱਥੇ ਬੈਠਾ ਹੀ ਨਹੀਂ ਸੀ ਅਤੇ ਜਿਹੜੇ ਹਮੇਸ਼ਾ ਹੀ ਬਹਿੰਦੇ ਸੀ ਉਹ ਉੱਤੇ ਸੀ। ਇਟ ਮੀਨਸ ਉਹਨਾਂ ਦਾ ਟਾਰਗੇਟ ਕੀ ਸੀ? ਦਹਿਸ਼ਤ ਪਾਉਣਾ, ਦਹਿਸ਼ਤ ਪਾਉਣਾ ਵਪਾਰੀ ਵਰਗ 'ਚ, ਕਿਉਂਕਿ ਉਹ ਰੈਡੀਮੇਡ ਗਾਰਮੈਂਟਸ ਦਾ ਬਹੁਤ ਵੱਡਾ ਸ਼ੋਅਰੂਮ ਆ, 2-3 ਸਟੋਰੀ ਆ, ਉਹਨਾਂ ਦਾ ਚੰਗਾ ਕੰਮ ਸੀਗਾ, ਰਿਨਾਊਂਡ ਫੈਮਿਲੀ ਉੱਥੋਂ ਦੀ ਵਪਾਰਕ। ਬਸ ਉਹ ਪਾ ਕੇ ਉਦੋਂ ਬਾਅਦ ਲੋਕਾਂ ਨੂੰ ਵਪਾਰੀਆਂ ਨੂੰ ਰੈਨਸਮ ਕਾਲਾਂ ਕਰਕੇ ਪੈਸੇ ਇਕੱਠੇ ਕਰ ਲਏ। ਸਿਮਲਰ ਸਟ੍ਰੈਟਜੀ ਹੈ, ਮੈਂ ਉਹਨਾਂ ਦੇ ਫੈਮਿਲੀ ਨੂੰ ਵੀ ਸਾਰੀ ਗੱਲ ਨੂੰ ਦੱਸਿਆ, ਬਟ ਅਸੀਂ ਬਾਕੀ ਦਾ ਵੀ ਜਿਹੜਾ ਹੈਗਾ ਵੀ ਦੁਬਾਰਾ ਉਹਨਾਂ ਨੂੰ ਲਿਆਉਣਾ। ਸੋ ਵੀ ਆਰ ਡੂਇੰਗ ਇਟ, ਮਤਲਬ ਮੈਂ ਇਸ ਵੇਲੇ ਡਿਸਕਲੋਜ਼ ਨਹੀਂ ਕਰ ਸਕਦਾ ਵੀ ਆਪਾਂ ਹਰ ਐਂਗਲ ਤੋਂ ਪੜਚੋਟ ਕਰ ਰਹੇ ਹਾਂ, ਜਿੱਥੋਂ ਵੀ ਸਾਨੂੰ ਲੱਗਾ ਵੀ ਇਸ ਘੜੀ ਤੋਂ ਸਾਨੂੰ ਕੋਈ ਚੀਜ਼ ਕਲੈਰਿਟੀ ਦੀ ਲੋੜ ਆ। ਸੋ ਅਸੀਂ ਉਹ ਐਪਲੀਕੇਸ਼ਨ ਲਾਵਾਂਗੇ, ਉਹ ਕੋਰਟ 'ਚੋਂ ਫੈਕਟਸ ਲਿਆ ਕੇ ਕੋਰਟ ਦੇ ਸਾਹਮਣੇ ਉਹਨਾਂ ਨੂੰ ਦੁਬਾਰਾ ਪ੍ਰੋਡਕਸ਼ਨ ਬਰਾਂਡ 'ਤੇ ਲਿਆ ਕੇ ਉਹ ਵੀ ਚੀਜ਼ ਕਲੀਅਰ ਕਰਾਂ। ਸਰ ਬਠਿੰਡਾ 'ਚ ਪਹਿਲੀ ਕਾਨਫਰੰਸ ਕੀਤੀ ਹੈ ਤੁਸੀਂ ਨਸ਼ਾ ਨਾਲੇ ਅਤੇ ਨਸ਼ਾ ਦੇ ਕਰਕੇ ਕ੍ਰਾਈਮ ਕਰਨ ਵਾਲਿਆਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਵੇਖੋ ਕ੍ਰਾਈਮ ਜਿਹੜਾ, ਮੈਂ ਤਾਂ ਇਹੋ ਹੀ ਕਹੂੰਗਾ ਵੀ ਕ੍ਰਾਈਮ ਤੋਂ ਬਿਲਕੁਲ ਤੋਬਾ ਕਰਨੀ ਚਾਹੀਦੀ, ਇਹਦਾ ਇਹਦੇ ਸਿੱਟੇ ਜਿਹੜੇ ਆ ਉਹ ਮਾੜੇ ਹੁੰਦੇ। ਅੱਜ ਬੰਦਾ ਕ੍ਰਾਈਮ ਕਰਕੇ ਸਮਝ ਲਏ ਮੈਂ ਫੜਿਆ ਨਹੀਂ ਜਾਣਾ, ਜਾਂ 4 ਦਿਨ ਬਾਜੂ, 5 ਦਿਨ ਬਾਜੂ, ਮਹੀਨਾ, 2 ਮਹੀਨੇ ਬਾਜੂ, ਅਲਟੀਮੇਟਲੀ ਉਹਦਾ ਜਿਹੜਾ ਹਸ਼ਰ ਆ ਉਹ ਤਾਂ ਮਾੜਾ ਹੀ। ਸੋ ਇੱਕ ਵਾਰ ਜਿਹੜਾ ਪਰਚਾ ਨਾ ਜੀ, ਇਹ ਪਰਚਾ ਇੱਕ ਇਹੋ ਜਿਹੀ ਚੀਜ਼ ਆ, ਇਹ ਸਾਰੀ ਉਮਰ ਦਾ ਤੁਹਾਡੇ ਮੱਥੇ 'ਤੇ ਲੱਗ ਜਾਂਦਾ। ਮਤਲਬ ਪੁਲਿਸ ਵੀ ਪਰਚਾ ਦੇਣ ਤੋਂ ਬਾਅਦ ਅਸੀਂ ਅਨਟਰੇਸ ਕਰਦੀਏ, ਕੈਂਸਲੇਸ਼ਨ ਕਰਦੀਏ, ਕੁਛ ਕਰਦੀਏ, ਉਹ ਪਿੱਛੋਂ ਨਹੀਂ ਲੈਂਦਾ।
ਉਹਦੇ 'ਚ ਅਸੀਂ ਵੀ ਫਰਦਰ ਨਹੀਂ ਕੁਛ ਕਰ ਸਕਦੇ। ਸੋ ਪਰਚੇ ਤੋਂ ਬਚਣਾ ਚਾਹੀਦਾ ਵਾ, ਕ੍ਰਿਮੀਨਲ ਐਂਗਲ ਤੋਂ ਬਚਣਾ ਚਾਹੀਦਾ, ਸਪੈਸ਼ਲੀ ਆਹ ਜਿਹੜੇ ਅਰਸ਼ ਫਰਸ਼ ਢੱਲੇ ਵਰਗੇ ਆ ਇਹਨਾਂ ਦੇ ਲਾਹੌਰਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ। ਬਿਲਕੁਲ ਇਹੋ ਜਿਹੇ ਬੰਦਿਆਂ ਨੂੰ ਮੂੰਹ ਨਹੀਂ ਲਾਉਣਾ ਜਿਹੜਾ ਯਾਰ ਆਪਦੇ ਬਾਪ ਦਾ ਨਹੀਂ ਹੋ ਸਕਿਆ, ਜਿਹੜਾ ਆਪਦੇ ਫੈਮਿਲੀ ਦਾ ਨਹੀਂ ਹੋ ਸਕਿਆ, ਕਿਸੇ ਦਾ ਨਹੀਂ ਹੋ ਸਕਿਆ, ਜਿਹੜਾ ਸੱਜਣ ਸੀ ਉਹਦਾ ਜਿਹਦੇ ਨਾਲ ਉਹ ਖਾਂਦਾ ਪੀਂਦਾ ਸ਼ਰਾਬ ਪੀਂਦਾ ਸੁੱਖਾ ਲੰਮਾ, ਜਿਹੜਾ ਜਿਹਨੇ ਉਹਦਾ ਆਪਦੇ ਮਤਲਬ ਲਈ ਉਹਦਾ ਸਿਰ ਵੱਢਤਾ, ਧਾੜਾ ਅੱਡ ਸੁੱਟਤਾ, ਉਹ ਇੱਕ ਫੌਜੀ ਐਕਸ ਸਰਵਿਸਮੈਨ ਸੀ ਜਿਹਦਾ ਉਹ ਬੱਚਾ ਸੀਗਾ, ਇਕੱਲਾ ਇਕੱਲਾ ਮੁੰਡਾ ਸੀ, ਉਹ ਇਹਨੇ ਮਾਰ ਕੇ ਸਿੱਟਤਾ। ਸੋ ਉਹ ਕਿਸੇ ਉਸ ਬੰਦੇ ਦਾ ਇੱਕੋ ਹੀ ਕੰਮ ਆ, ਸਿਰਫ ਪੈਸੇ ਇਕੱਠੇ ਕਰਨਾ। ਮਤਲਬ ਉਹ ਮਤਲਬ ਮੈਂ ਕਹਿ ਹੀ ਨਹੀਂ ਸਕਦਾ, ਮਤਲਬ ਲਫ਼ਜ਼ ਨਹੀਂ ਹੈਗੇ ਮੇਰੇ ਕੋਲ ਵੀ ਜਿੱਡਾ ਵੀ ਆਪਾਂ ਕੋਈ ਬੰਦਾ ਘਟੀਆ ਅਤੇ ਬਸ਼ਰਮ ਹੋ ਸਕਦਾ, ਉਸ ਤੋਂ ਵੱਡਾ ਕੋਈ ਹੈ ਹੀ ਨਹੀਂ। ਜਿਹਨੂੰ ਆਪਦੇ ਮਾਂ ਦੇ ਪਿਓ ਦੇ ਪਿਓ ਵਿਚਾਰਾ ਉਹਦਾ ਪਤਾ ਨਹੀਂ ਕਦੋਂ ਦਾ ਜੇਲ੍ਹਾਂ 'ਚ, ਕਿਹੜੀ ਜੇਲ੍ਹ ਆ ਜਿਹ 'ਚ ਉਹਨੂੰ ਸੈਰ ਨਹੀਂ ਹੋਈ ਉਹਦੀ। ਸੋ ਜਿਹੜੇ ਬੰਦੇ ਨੇ ਆਪ ਨੂੰ ਯਾਰ ਬਣਾ ਕੇ ਯਾਰ ਮਾਰ ਕਰਤੀ ਬੰਦਾ ਮਾਰਤਾ, ਔਰ ਜਿਹੜੇ ਬੱਚੇ ਨਵਿਆਂ ਨੂੰ ਕਰਦਾ ਉਹਨਾਂ ਦਾ ਕਿੱਥੋਂ ਹੋਜੂਗਾ? ਸੋ ਇਹ ਤੋਂ ਇਹੋ ਜਿਹੜੇ ਮਤਲਬ ਸੋ ਕੈਂਡ ਇਹੋ ਜਿਹੇ ਠੱਗ ਡਕੈਤ ਆ। ਸਰ ਤੁਹਾਡਾ ਤੁਹਾਡੀ ਟੀਮ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਤੇ ਮੁਬਾਰਕਬਾਦ ਵੀ ਦਿੰਦੇ ਹਾਂ ਜਿੱਦੇ ਵੀ ਆਏ ਹੋ। ਸੋ ਉਹਦੇ ਵਿੱਚ ਇੱਕ ਲੜਕੀ ਦੇ ਇਹ ਦੋਨੇ ਪਰਿਵਾਰ ਹੀ, ਮਾਰਨ ਵਾਲਾ ਵੀ ਅਤੇ ਮਰਨ ਵਾਲੀ ਵੀ। ਸੋ ਇਹ ਵੀ ਰਾਤ ਦੀ ਹੋਈ ਗੱਲ ਆ, ਇਸ ਸੰਗ ਤੜਕਸਾਰ ਦੀ ਹੋਈ। ਸੋ ਇਹਦੇ ਵਿੱਚ ਇੱਕ ਸਾਡਾ ਕੌਂਸਟੇਬਲ ਆ, ਉਹਦੀ ਵੀ ਡੈਥ ਹੋਈ ਆ ਜਿਹਨੂੰ ਮਾਰਿਆ ਗਿਆ, ਔਰ ਉਹਦਾ ਜਿਹੜਾ ਜਗਮੀਤ ਸਿੰਘ, ਜਗਮੀਤ ਸਿੰਘ ਉਹਦਾ ਨਾਂ ਸੀ, ਉਹ ਪੁਲਿਸ ਲਾਈਨ ਦੇ ਵਿੱਚ ਨੌਕਰੀ ਕਰਦਾ ਸੀਗਾ, ਐਮ ਟੀ ਸੈਕਸ਼ਨ 'ਚ ਲੱਗਾ ਸੀ। ਇਹਨੇ 4 ਸਾਲ ਪਹਿਲਾਂ ਵਿਆਹ ਕਰਾਇਆ ਸੀਗਾ, ਔਰ ਵਿਆਹ ਜਿਹੜਾ ਸੀਗਾ ਜਿੱਥੋਂ ਦੀ ਉਹ ਕੁੜੀ ਸੀ ਉਹ 400 ਗਜ਼ ਪਰੇ ਘਰ ਸੀਗਾ। ਸੋ ਇਹਦਾ ਜਿਹੜਾ ਭਰਾ ਸੀਗਾ ਕੁੜੀ ਦਾ, ਉਹ ਇਹ ਮਹਿਸੂਸ ਕਰਦਾ ਸੀਗਾ ਵੀ ਉਸ ਪਰਿਵਾਰ ਦੇ ਨਾਲ ਸਾਡਾ ਮਿਲਵਰਤਨ ਆ, ਅਤੇ ਅਸੀਂ ਉਸੇ ਪਿੰਡ ਦੇ ਰਹਿਣ ਵਾਲੇ ਹਾਂ, ਅਤੇ ਇਹਨੇ ਇਸ ਮੁੰਡੇ ਦੇ ਨਾਲ ਹੀ ਕਿਉਂ ਮਤਲਬ ਉਹ ਵਿਆਹ ਕਰਾਇਆ, ਅਤੇ ਸੀਗੀ ਇਹਨਾਂ ਦੀ ਲਵ ਮੈਰਿਜ, ਬਾਅਦ 'ਚ ਇਹਨਾਂ ਨੇ ਕੋਰਟ ਮੈਰਿਜ ਵੀ ਕਰ ਲਈ। ਸੋ ਉਸ ਦਿੱਕਤ ਦੇ ਕਰਦੇ ਇਹਨਾਂ 'ਚ ਕਾਫੀ ਸੀਗਾ, ਬਟ ਕੁੜੀ ਜਿਹੜੀ ਸੀਗੀ ਉਦੋਂ ਮਾਂ ਪਿਓ ਨੇ ਸਮਝਾਇਆ ਵੀ ਤੇਰੀ ਇੱਕ ਛੋਟੀ ਭੈਣ ਦਾ ਵੀ ਵਿਆਹ ਵਾ, ਵੀ ਨਹੀਂ ਤਾਂ ਕਿਸੇ ਨੇ ਉਹਦਾ ਰਿਸ਼ਤਾ ਨਹੀਂ ਲੈਣਾ, ਵੀ ਤੂੰ ਅਜੇ ਉਹਨਾਂ ਦੇ ਘਰ ਨਾ ਜਾ, ਅਤੇ ਸਾਡੇ ਕੋਲ ਹੀ ਸਾਡੇ ਘਰ ਰਹਿ। ਸੋ ਉਹ ਕੁੜੀ ਇਹਨਾਂ ਦੇ ਆਪਦੇ ਮਾਂ ਪਿਓ ਦੇ ਕੋਲ ਰਹਿਣ ਲੱਗ ਗਈ, ਅਤੇ ਉਹਨਾਂ ਨੇ ਕਿਹਾ ਵੀ ਅਜੇ ਮੁੰਡੇ ਨੂੰ ਨਾ ਮਿਲ ਜਿੰਨਾ ਚਿਰ ਅਸੀਂ ਛੋਟੀ ਕੁੜੀ ਦਾ ਆਪਣੀ ਦਾ ਵਿਆਹ ਨਹੀਂ ਕਰ ਦਿੰਦੇ। ਸੋ ਇਹ ਜਿਹੜੀ ਲੜਕੀ ਵਿਆਹੀ ਸੀਗੀ ਜਿਹਨੇ ਕੋਰਟ ਮੈਰਿਜ ਕਰਾਈ ਸੀ ਸਾਡੇ ਜਿਹੜਾ ਮੁੰਡਾ ਕੌਂਸਟੇਬਲ ਸੀਗਾ ਉਹਦੇ ਨਾਲ, ਇਹ ਆਪਦੇ ਮਾਂ ਪਿਓ ਦੇ ਘਰ ਰਹਿਣ ਲੱਗ ਗਈ, ਔਰ ਉਹ ਜਿਹੜਾ ਮੁੰਡਾ ਸੀਗਾ ਉਹ ਰਾਤ ਬਰਾਤੇ ਜਾਂ ਹਨੇਰੇ ਸਵੇਰੇ ਆ ਬੀਂਗ ਵਾਈਫ ਆਪਦੀ ਉਹਨੂੰ ਮਿਲਣ ਮੁਲ ਜਾਂਦਾ ਰਹਿੰਦਾ ਕਈ ਵਾਰ ਕੰਧ ਕੁੰਧ ਟੱਪ ਕੇ। ਸੋ ਉਹ ਜਿਹੜਾ ਉਹਦਾ ਭਰਾ ਸੀਗਾ ਉਹਨਾਂ ਨੇ ਇਹਨੂੰ ਮਨ੍ਹਾ ਕੀਤਾ ਹੋਇਆ ਸੀਗਾ, ਬਟ ਇਹ ਵਰਜਣ ਦੇ ਬਾਵਜੂਦ ਵੀ ਮਿਲਦੇ ਸੀਗੇ, ਜਿਸ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਕਾਫੀ ਇਸ ਗੱਲ ਦਾ ਗੁੱਸਾ ਸੀਗਾ ਭਰਾ 'ਚ। ਭਰਾ ਕੁੜੀ ਦਾ RMP ਡਾਕਟਰ ਆ, ਔਰ ਉਹ ਕੱਲ੍ਹ ਜਦੋਂ ਰਾਤ ਨੂੰ ਕਿਤੇ ਮੁੰਡਾ ਆਪਦੀ ਵਾਈਫ ਨੂੰ ਉੱਥੇ ਮਿਲਣ ਗਿਆ, ਅਤੇ ਉੱਥੇ ਕਾਰ ਜਿਹੜੀ ਸੀਗੀ ਘਰ ਦੀ ਇੱਕ ਸਾਈਡ ਹਨੇਰੇ 'ਤੇ ਲੱਗੀ ਸੀ, ਤਾਂ ਜਦੋਂ ਉਹ ਕੁੜੀ ਅਤੇ ਮੁੰਡਾ ਦਾ ਜਿਹੜਾ ਕੁੜੀ ਦਾ ਜਿਹੜਾ RMP ਡਾਕਟਰ ਉਹਦਾ ਭਰਾ ਜਿਹੜਾ ਕੁੜੀ ਦਾ ਭਰਾ ਸੀਗਾ ਉਹ ਕਿਸੇ ਨੂੰ ਇੰਜੈਕਸ਼ਨ ਲਾਉਣ ਲਈ ਰਾਤ ਘਰੋਂ ਨਿਕਲਿਆ, ਤਾਂ ਉਹਨੇ ਇਹਨਾਂ ਦੋਵਾਂ ਨੂੰ ਵੇਖ ਲਿਆ, ਔਰ ਇਹ ਸਾਰਾ ਪਰਿਵਾਰ ਇੱਕ ਹੀ ਜਿਵੇਂ ਪਰਿਵਾਰ ਹੁੰਦਾ ਵਾ, ਇੱਕ ਵਿਹੜਾ ਦੇ ਵਿੱਚ 3-4 ਘਰ ਇਕੱਠੇ, ਸੋ ਚਾਚੇ ਤਾਇਆਂ ਦੇ ਘਰ ਇੱਕੋ ਹੀ ਕੰਪਾਊਂਡ ਦੇ ਵਿੱਚ ਸੀਗੇ। ਸੋ ਉਹਨੇ ਜਦੋਂ ਜਾ ਕੇ ਘਰ ਰੌਲਾ ਪਾਇਆ, ਉੱਥੋਂ ਉਹਨੇ ਕੱਸੀ ਚੱਕ ਲਈ, ਇਹਦੇ ਚਾਚੇ ਨੇ ਵੀ ਇੱਕ ਹਥਿਆਰ ਚੁੱਕ ਲਿਆ ਜਿਵੇਂ ਡਾਂਗ ਸੀਗੀ, ਇੱਕ ਨੇ ਰੋਡ ਚੁੱਕ ਲਈ ਚਾਚੇ ਦੇ ਮੁੰਡੇ ਨੇ। ਸੋ ਜਦੋਂ ਮੁੰਡਾ ਉੱਥੋਂ ਭੱਜਣ ਲੱਗਾ, ਉਹ ਗੱਡੀ ਜਿਹੜੀ ਸੀਗੀ ਉਹ ਬੈਕ ਨਹੀਂ ਹੋ ਸਕੀ ਕਿਉਂਕਿ ਉੱਥੇ ਐਲਬੋ ਟਾਈਪ ਇੱਕ ਟਰਨ ਸੀਗਾ ਔਰ ਬੜੀ ਕੱਚੀ ਪਗਡੰਡੀ ਸੀਗੀ। ਸੋ ਹੀ ਕੁੱਡ ਨੋਟ ਐਸਕੇਪ, ਤੋ ਜਦੋਂ ਉੱਠ ਕੇ ਨਿਕਲ ਕੇ ਭੱਜਣ ਲੱਗਾ, ਇਹਨੂੰ ਉਹਨੂੰ ਥਾਂ 'ਤੇ ਮਾਰਤਾ ਕੱਸੀਆਂ ਮਾਰ ਕੇ, ਅਤੇ ਆਪਦੀ ਜਿਹੜੀ ਕੁੜੀ ਸੀਗੀ ਉਹਨੂੰ ਵੀ ਮਾਰਤਾ। ਸੋ ਇਹਦੇ 'ਚ ਜਿਹੜਾ ਡਾਕਟਰ ਆ ਬਲਕਰਨ ਸਿੰਘ ਆ ਜਿਹੜਾ RMP ਡਾਕਟਰ ਆ ਕੁੜੀ ਦਾ ਭਰਾ ਉਹ, ਅਤੇ ਇਹਦਾ ਜਿਹੜਾ ਚਾਚਾ ਵਾ ਕਿਰਪਾਲ ਸਿੰਘ ਉਹ ਅਸੀਂ ਫੜ ਲਏ, ਅਤੇ ਤੀਜਾ ਜਿਹੜਾ ਦੋਸ਼ੀ ਆ ਚਾਚੇ ਦਾ ਮੁੰਡਾ ਉਹ ਹੀ ਸਟਿਲ ਐਟ ਲਾਰਜ,
ਸਾਡੀਆਂ ਪਾਰਟੀਸ ਉਹਦੇ ਮਗਰ ਆ, ਉਹ ਵੀ ਅਸੀਂ ਜਲਦ ਤੋਂ ਜਲਦ ਹੀ ਅਰੈਸਟ ਕਰ ਲਾਂਗੇ। ਐਨੀ ਕੁਐਸਚਨਸ ਪਲੀਜ਼? ਕੁੜੀ ਵੀ ਜੌਬ ਕਰਦੀ ਸਰ? ਕੁੜੀ ਨਹੀਂ ਜੀ, ਕੁੜੀ ਨਹੀਂ ਜੌਬ ਕਰਦੀ। ਕੁੜੀ ਦਾ ਭਰਾ ਆਰ ਐਮ ਪੀ ਡਾਕਟਰ ਸੀਗਾ ਅਤੇ ਜਿਹੜੇ ਨਾਲ ਉਹਨੇ ਵਿਆਹ ਕਰਾਇਆ ਸੀ ਉਹ ਪੁਲਿਸ ਕਾਂਸਟੇਬਲ ਸੀ। ਚਾਰ ਸਾਲ ਤੋਂ? ਉਹ ਕਰੀਬ ਇੱਕ ਸਾਲ ਪਹਿਲਾਂ ਤੋਂ। ਹਾਂ, ਲੋਕ ਛਿਪ ਕੇ। ਸਰ, ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਦੇ ਪਰਿਵਾਰ ਨੇ ਕਿਹਾ ਕਿ ਇਹ ਜਦੋਂ ਪਹਿਲਾਂ ਉਹਨਾਂ ਨੇ ਡਰਿੰਕ ਕੀਤੀ ਵੀ ਸੀ, ਆਪਸ 'ਚ ਦੋਹਾਂ ਦੇ ਤਲਖੀਆਂ ਵੀ ਹੋਈਆਂ ਨੇ, ਪਹਿਲਾਂ ਝਗੜਾ ਹੋਇਆ, ਉਸ ਤੋਂ ਬਾਅਦ ਪਰਿਵਾਰ ਦੇ ਬਾਹਰ ਜਾ ਕੇ ਘਰ ਦੇ ਬਾਹਰ ਜਾ ਕੇ ਫਿਰ ਇੰਸੀਡੈਂਟ। ਵੇਖੋ ਜੀ, ਜਿਹੜੀ ਉਹ ਡਰਿੰਕ ਕੀਤੀ ਹੋਈ ਹੈ, ਓਬਵੀਅਸਲੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਸ਼ਰਾਬ ਦੇ ਨਸ਼ੇ ਜਾਂ ਹੋਰ ਨਸ਼ੇ 'ਚ ਹੁੰਦੀਆਂ। ਜਿਹੜੇ ਬੰਦੇ ਉਹ ਅਰੈਸਟ ਕਰ ਲਏ, ਇਹਨਾਂ ਦਾ ਜਿਹੜਾ ਹੈਗਾ ਡਾਕਟਰੀ ਮੁਲਾਜ਼ਾ ਹੋਊਗਾ, ਔਰ ਜੋ ਵੀ ਰਿਪੋਰਟ ਹੋਊਗੀ ਡੈਟ ਵਿਲ ਬੀ ਯੂ ਨੋ ਇਨਵੈਸਟੀਗੇਟਿਡ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ। ਲੜਕੀ ਬਚਾ ਤੇ ਕਰਦੀ, ਪਰ ਗੁੱਸਾ ਤੇ ਲੜਕੀ ਤੇ ਵੀ ਸੀਗਾ। ਹਾਂ, ਦੈਟ ਇੰਟੈਂਸ਼ਨ ਵਾਸ ਟੂ ਕਿਲ ਬੋਥ। ਉਹ ਕਾਊਂਟਰ ਇੰਟੈਲੀਜੈਂਸ ਨੇ ਕੀਤੇ ਆ ਜੀ, ਔਰ ਉਹ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਨੇ ਮੰਨਿਆ ਵੀ ਜਿਹੜਾ ਇੱਥੇ ਮਾਨਸਾ ਅੰਡਰ ਬ੍ਰਿਜ ਉਹਦੇ ਥੱਲੇ ਖਾਲਿਸਤਾਨ ਦਾ ਝੰਡਾ ਲੱਗਾ ਸੀਗਾ, ਇੱਕ ਭੰਡਾਰੀ ਬ੍ਰਿਜ ਦੇ ਉੱਥੇ ਲਿਖਿਆ ਸੀ ਖਾਲਿਸਤਾਨ ਜਿੰਦਾਬਾਦ ਅੰਮ੍ਰਿਤਸਰ। ਸੋ ਅਤੇ ਇੱਕ ਇਹਨਾਂ ਨੇ ਆ ਸੰਗਰੀਏ ਲਿਖ ਕੇ ਆਏ ਸੀਗੇ ਰਾਜਸਥਾਨ 'ਚ। ਸੋ ਉਹਨਾਂ ਨੂੰ ਪੈਸੇ ਪੂਸੇ ਮਿਲਦੇ ਰਹੇ। ਜਿਹੜਾ ਗੁਰ ਭਗਵੰਤ ਪੰਨੂ ਆ, ਉਹਨੇ 1 ਏਕੜ 25 ਹਜ਼ਾਰ, 1 ਏਕੜ 32 ਹਜ਼ਾਰ, 1 ਏਕੜ 45 ਹਜ਼ਾਰ ਐਂ ਕਰਕੇ ਪਾਉਂਦਾ ਸੀਗਾ। ਸੋ ਪੈਸੇ ਪੂਸੇ ਦੇ ਕੇ ਇਹੋ ਜਿਹੇ ਜਵਾਕਾਂ ਤੋਂ ਕੰਮ ਕਰਾਉਂਦਾ। ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ। ਅਤੇ ਉਹ ਹੈ ਜੀ 20-25 ਦੇ ਵਿੱਚ ਵਿੱਚ। ਨਹੀਂ, ਅਜੇ ਨਹੀਂ ਕਨਫਰਮ ਕਰਾਂਗੇ ਜੀ। ਵਿਲ ਹੈਵ ਅ ਸੈਪਰੇਟ ਪੀ ਸੀ ਔਨ ਇਟ। ਸੋ ਉਹਨਾਂ ਦੀਆਂ ਜਿਹੜੀਆਂ ਹੋਰ ਵਾਰਦਾਤਾਂ ਹੈਗੀਆਂ ਕੋਈ ਹਿਮਾਚਲ ਦੀਆਂ, ਦੂਜੀਆਂ, ਤੀਜੀਆਂ, ਲੈਟ ਅਸ ਯੂ ਡਿਗ ਇਟ ਆਊਟ ਅਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਾਂਗੇ।